चलो जी, नतमस्तक होइए उस थां ते जिथों लंगरां दी शुरुआत हुई। 20 दा लंगर जिहड़ा हाले तक भी चलदा अटुट वरतदा ओह रुख है जिथे गुरु नानक देव जी ने 20 रुपयां दा लंगर चलाया सी। अज जिहड़ा पूरे दुनिया दे विच देखो उसे 20 रुपयां दा लंगर ही चल रहा। सत श्री अकाल जी, वॉक विद टुरना वेख रहे हो। मैं हाँ अमरीक टुरना, लेंदे पंजाब पहुँचे पए हाँ। तो अज असी जा रहे हैं गुरुद्वारा सच्चा सौदा साहब फरूकाबाद, जिहड़ा कि शेखूपुरा जिले दे विच पैंदा है। तो ये लाहौर तो पेशावर मोटरवे आ। तो मैं नाल भाई मुजफ्फर सानू लैके जा रहे हैं, रणबीर भाई, मनप्रीत ते पिछे माता जी बैठे। तो रणबीर भाई किदा फिर किवें दा लगा? आपां पिछे अमनाबाद भी जा के आए हैं ਭਾਜੀ, ਜਿਹੜਾ ਵੈਲਕਮ ਆ ਨਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਨਾ। ਲੋਕ ਬੜੇ ਐਕਸਾਈਟਡ ਆ ਜਦੋਂ ਕੋਈ ਇੰਡੀਆ ਤੋਂ ਆਉਂਦਾ, ਮਿਲਦੇ ਆ, ਚਾਹ ਪਾਣੀ ਪੁੱਛਦੇ ਆ, ਲਿਆਉਂਦੇ ਵੀ ਆ। ਤੇ ਇਹ ਗੱਲਾਂ ਮੇਰੇ ਖਿਆਲ ਲਹਿੰਦੇ ਪੰਜਾਬ 'ਚ ਹੀ ਮਿਲ ਸਕਦੀਆਂ। ਮਹਿਮਾਨ ਨਵਾਜ਼ੀ ਬਹੁਤ ਕਮਾਲ ਆ ਇੱਥੋਂ ਦੀ। ਹਾਂ, ਮਹਿਮਾਨ ਨਵਾਜ਼ੀ ਵੀ ਕਮਾਲ ਦੀ ਆ ਅਤੇ ਇੱਕ ਖਿੱਚ ਵੀ ਹੈਗੀ ਆ, ਖਿੱਚ ਵੀ ਹੈਗੀ ਆ। ਬਿਲਕੁਲ, ਤਕਰੀਬਨ ਜੇ ਆਪਾਂ 100 ਬੰਦੇ ਨੂੰ ਮਿਲਦੇ ਹਾਂ ਤੇ ਵਿੱਚੋਂ 50 ਤਾਂ ਉਧਰੋਂ ਹੀ ਆਏ ਹੋਏ ਨੇ ਨਾ, ਤੇ ਉਹਨਾਂ 'ਚ ਬੜੀ ਖਿੱਚ ਆ ਮਿਲਣ ਦੀ। ਖਿੱਚ ਆ ਮਿਲਣ ਦੀ, ਉਹਨਾਂ ਨੂੰ ਚਾਹ ਚੜ੍ਹਦਾ। ਅੱਛਾ, ਉੱਥੋਂ ਆਏ ਆ, ਇਹ ਪੁੱਛਦੇ ਆ ਵੀ ਤੁਹਾਡਾ ਪਿੰਡ ਕਿਹੜਾ, ਸਾਡਾ ਫਲਾਣਾ ਪਿੰਡ ਸੀ, ਫਲਾਣਾ ਜ਼ਿਲ੍ਹਾ ਸੀ, ਇੱਦਾਂ ਦੀਆਂ ਗੱਲਾਂ ਪਤਾ ਕਰਦੇ ਆ ਨਾ। ਬਿਲਕੁਲ ਬਿਲਕੁਲ। ਖੈਰ ਹਾਲੇ ਆਪਾਂ ਬਹੁਤ ਦਿਨ ਆ ਇੱਥੇ, ਅਤੇ ਚੱਲਦੇ ਹਾਂ ਨਾਲੇ ਦਰਸ਼ਨ ਕਰਦੇ ਹਾਂ, ਅਤੇ ਨਾਲ ਨਾਲ ਜਿਵੇਂ ਜਿਵੇਂ ਲੋਕਾਂ ਨੂੰ ਮਿਲਾਂਗੇ ਉਸੇ ਤਰ੍ਹਾਂ ਆਪਣੇ ਤਜਰਬੇ ਸਾਂਝੇ ਕਰੀ ਜਾਣੇ ਆਪਾਂ। ਹਿਰਨ ਮਨਾਰ ਅਸੀਂ ਚੌਂਕ 'ਚ ਪਹੁੰਚ ਗਏ ਹਾਂ। ਅਤੇ ਆਹ ਦੇਖੋ ਹਿਰਨ ਦਾ ਬੋਤਲ ਲੱਗਿਆ ਇੱਧਰ ਸ਼ੇਖੂਪੁਰਾ। ਆਪਾਂ ਇੱਧਰ ਨੂੰ ਮੋਟਰਵੇ ਤੋਂ ਉਤਰ ਕੇ ਆ ਕੇ ਇੱਧਰ ਨੂੰ ਮੁੜ ਗਏ ਹਾਂ। ਫਰੂਖਾਬਾਦ ਸ਼ਹਿਰ ਆਪਾਂ ਪਹੁੰਚ ਚੁੱਕੇ ਹਾਂ, ਸ਼ੇਖੂਪੁਰਾ ਥੋੜ੍ਹਾ ਸਾਈਡ 'ਤੇ ਰਹਿ ਜਾਂਦਾ, ਅਤੇ ਆਪਾਂ ਬਾਈਪਾਸ ਲੰਘ ਕੇ ਆਏ ਹਾਂ। ਅਤੇ ਦੇਖੋ ਇੱਥੋਂ ਦਾ ਮਾਹੌਲ, ਇੱਥੋਂ ਦੀ ਜ਼ਿੰਦਗੀ ਬੜਾ ਸੋਹਣਾ ਲੱਗ ਰਿਹਾ ਦੇਖਣ ਨੂੰ ਆਲਾ ਦੁਆਲਾ, ਕਿਉਂਕਿ ਇਹਨਾਂ ਦੇ ਆਰਟ ਬਹੁਤ ਕਮਾਲ ਆ। ਟਰੱਕਾਂ ਦੇ ਆਰਟ ਹੋ ਗਏ, ਹੋਰ ਇੱਥੋਂ ਦਾ ਪਹਿਰਾਵਾ ਵੀ ਬੜਾ ਵਧੀਆ ਲੱਗ ਰਿਹਾ। ਸਾਰਾ ਕੁਛ ਹੀ ਪੂਰੀ ਆਬੋ ਹਵਾ ਦੇ ਵਿੱਚ ਜਿੱਦਾਂ ਇੱਕ ਵੱਖਰੀ ਚੀਜ਼ ਹੁੰਦੀ, ਵੱਖਰੀ ਫੀਲਿੰਗ ਹੁੰਦੀ, ਇੱਦਾਂ ਦਾ ਲੱਗ ਰਿਹਾ। ਆ ਜਿੱਦਾਂ ਮੂਹਰੇ ਓਮਨੀਆਂ ਆ ਰਹੀਆਂ ਨਾ, ਇੱਥੋਂ ਦੀ ਇਹ ਟੈਕਸੀ ਲਈ ਖਾਸ ਵਰਤੀਆਂ ਜਾਂਦੀਆਂ, ਇੱਕ ਓਮਨੀ ਅਤੇ ਇੱਕ ਆ, ਪਰ ਇਹਨਾਂ ਦੇ ਨਾਮ ਕੁਛ ਹੋਰ ਨੇ। ਅਤੇ ਭਾਅ ਜੀ ਕੀ ਨਾਮ ਹੈ ਇਹਨਾਂ ਦਾ? ਕੈਰੀ ਡੱਬਾ। ਕੈਰੀ ਡੱਬਾ ਇਹਨਾਂ ਨੂੰ ਕਹਿੰਦੇ ਇੱਥੇ। ਹਰੇ ਰੰਗ ਦੀ ਇੱਧਰ ਪੂਰਾ ਬਾਜ਼ਾਰ ਆ ਗਿਆ, ਆ ਫਲ ਫਰੂਟ ਪੂਰਾ, ਕਿਉਂਕਿ ਅੱਜ ਕੱਲ ਰੋਜ਼ੇ ਚੱਲ ਰਹੇ ਆ ਨਾ, ਉਹਨਾਂ ਦਾ ਕਰਕੇ ਫਿਰ ਰੋਜ਼ੇ ਖੁੱਲ੍ਹਣ ਵਾਲਾ ਸਮਾਂ ਹੋ ਹੀ ਚੱਲਿਆ ਤਕਰੀਬਨ, ਤਾਂ ਕਰਕੇ ਖਰੀਦੋ ਫਰੋਖਤ ਵੀ ਹੋ ਰਹੀ ਆ, ਕਾਫੀ ਰਸ਼ ਪਿਆ ਹੋਇਆ। ਆ ਬਾਈ ਸਟ੍ਰਾਬੇਰੀਆਂ ਦੀ ਰੇਹੜੀ ਪੂਰੀ ਭਰੀ ਕਰਦਾ, ਸਟ੍ਰਾਬੇਰੀਆਂ ਤੇ ਖੁੱਲੀਆਂ ਵੇਖੋ, ਖੁੱਲੀਆਂ ਆਪਣੇ ਨਿੱਕੇ ਨਿੱਕੇ ਡੱਬਿਆਂ 'ਚ ਬੰਦ ਕਰਕੇ ਵੇਚਦੇ ਉੱਥੇ। ਇੱਧਰ ਦੇਖੋ ਕਿੱਦਾਂ ਭਰੀ ਪਈ ਆ। ਹਾਂ, ਭਰੀ ਪਈ ਸੀ। ਖਰਬੂਜਾ ਬਹੁਤ ਆ ਉਹ ਉੱਧਰਲੇ ਪਰਲੇ ਪਾਸੇ, ਖਰਬੂਜਾ, ਧਮਾਣਾ। ਸਟ੍ਰਾਬੇਰੀਆਂ ਇੱਥੇ ਲੋਕਲ ਹੋ ਜਾਂਦੀਆਂ ਹੋਣੀਆਂ, ਤਾਂ ਹੀ ਉਹ ਰੇਹੜੀ 'ਤੇ ਇਸ ਤਰ੍ਹਾਂ ਵਿਕ ਰਹੀਆਂ ਨੇ। ਅੱਛਾ, ਇੱਥੇ ਸਟ੍ਰਾਬੇਰੀ ਲੱਗਦੀ ਹੈ, ਰੇਟ ਕੀ ਹੈ ਮੁਰੀਦ ਕੇ? ਅੱਛਾ ਅੱਛਾ ਅੱਛਾ, ਭਾਈ ਕਹਿੰਦੇ ਹਾਂ, ਤਾਂ ਹੀ ਇੱਥੇ ਲੋਕਲ ਫਸਲ ਆ। ਭਾਈ ਕਹਿੰਦੇ ਵੀ ਸਟ੍ਰਾਬੇਰੀ ਇੱਥੇ ਕਾਫੀ ਹੁੰਦੀ ਆ, ਮੁਰੀਦ ਕੇ ਏਰੀਆ ਜਿੱਥੇ ਸਟ੍ਰਾਬੇਰੀ ਦੀ ਫਸਲ ਹੁੰਦੀ ਆ। ਸਟ੍ਰਾਬੇਰੀ ਦਾ ਕੀ ਰੇਟ ਹੈ ਇੱਥੇ? 150 ਰੁਪਏ ਪਹਿਲੇ, 100 ਰੁਪਏ ਵੀ। ਅੱਛਾ, 150 ਰੁਪਏ ਕਿਲੋ, ਠੀਕ ਆ। ਮਤਲਬ ਇੰਡੀਅਨ ਦੇ ਹਿਸਾਬ ਨਾਲ ਉਹ 50 ਰੁਪਈਏ ਤੋਂ ਘੱਟ ਰੁਪਈਏ ਕਿਲੋ ਆ, ਅਤੇ ਆਪਣੇ ਉੱਥੇ 50 ਦਾ ਰੇਣ ਕਡੱਬਾ ਦਿੰਦੇ ਆ, ਇਹ ਕਿਲੋ ਨੂੰ ਤਾਂ ਵਾਹਵਾ ਚੜ੍ਹ ਜਾਂਦੀ ਆ। ਆਹ ਵੇਖੋ ਖਰਬੂਜੇ 100 ਤੇ 80, ਦੋ ਰੇਟ ਨੇ। ਆਹ ਪੀਲਾ 80 ਰੁਪਈਏ ਆ, ਅਤੇ ਦੂਸਰਾ ਉਹ ਜਿਹੜਾ ਠਿੱਬਾ ਜਿਹਾ ਉਹ ਵੀ ਪੀਲੇ 'ਚ ਹੀ ਆ, ਉਹ ਵੀ 100 ਰੁਪਈਏ 'ਚ ਆ। ਆਵਾਜ਼ਾਂ ਮਾਰ ਰਹੇ ਆ, ਕਹਿੰਦੇ ਸਰਦਾਰ ਜੀ, ਹਾਂ ਸਰਦਾਰ ਜੀ ਕਹਿ ਰਹੇ ਆ ਦੇਖ ਕੇ। 80 ਦਾ ਜੇ ਫਿਰ ਆਪਣੇ ਹਿਸਾਬ ਨਾਲ ਇਹ 20-30 ਰੁਪਈਏ ਦਾ, 20 ਕੁ ਦਾ ਹੀ ਆ, ਮਤਲਬ 20-25 ਰੁਪਈਆਂ ਦਾ, 60 ਰੁਪਈਏ ਵਾਲੇ ਵਿੱਚ ਲੱਗੇ ਪਏ ਆ। ਆਹ ਦਵਾਣਾ 50 ਰੁਪਈਏ ਕਿਲੋ, ਮਤਲਬ 15-20 ਰੁਪਈਏ, ਕਿਉਂਕਿ ਆਪਣਾ 1 ਰੁਪਈਆ ਨਾ ਇੱਧਰ 3.5 ਤੋਂ 3.5 ਰੁਪਈਆ ਬਣਦਾ ਆ ਕੇ। ਆਹ ਆ ਗਈ ਇੱਥੋਂ ਦੀ ਕੰਬਾਈਨ, ਨਿਊ ਹੋਲੈਂਡ ਦੀ ਆ, ਅਤੇ ਲੱਗਦਾ ਵੀ ਕਿਤੋਂ ਬਾਹਰੋਂ ਮੰਗਾਈਆਂ ਹੋਣੀਆਂ ਇਹ ਨਿਊ ਹੋਲੈਂਡ ਦੀਆਂ ਕੰਬਾਈਨਾਂ, ਕਿਉਂਕਿ ਵਾਢੀ ਦਾ ਜ਼ੋਰ ਪੈਣ ਵਾਲਾ ਹੀ ਆ ਇੱਥੇ, ਤਾਂ ਕੰਬਾਈਨਾਂ ਰੋਡਾਂ 'ਤੇ ਦੇਖਣ ਲੱਗ ਪਈਆਂ, ਇੱਕ ਆਹ ਖੜ੍ਹੀ ਹੈ, ਇਹ ਵੀ ਨਿਊ ਹੋਲੈਂਡ ਆ, 80-80।
ਏਸੀ ਆ, ਏਸੀ ਕੈਬਨ 'ਚ ਨੇ ਅਤੇ ਲੱਗਦਾ ਵੀ ਕਿਸੇ ਹੋਰ ਮੁਲਕ ਤੋਂ ਮੰਗਾਈਆਂ ਹੋਣੀਆਂ। ਸਾਹਮਣੇ ਆ ਗਿਆ ਮੋੜ ਜਿੱਥੋਂ ਆਪਾਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਨੂੰ ਮੁੜਨਾ ਅਤੇ ਆਪਾਂ ਮੁੜਦੇ ਹਾਂ ਇੱਥੋਂ ਅਤੇ ਆ ਬੋਰਡ ਵੀ ਲੱਗਿਆ ਨੂੰ ਆਇਆਂ ਜੀ ਲਿਖਿਆ ਕਿਉਂਕਿ ਇਹ ਟਰਾਂਸਲੇਟ ਕੀਤਾ ਹੋਣਾ ਮੈਨੂੰ ਲੱਗਦਾ ਸ਼ਾਹਮੁਖੀ 'ਚੋਂ ਤਾਂ ਕਰਕੇ ਉਲਟ ਪੁਲਟ ਹੋ ਗਿਆ ਜੀ ਆਇਆਂ ਨੂੰ ਵੈਸੇ ਲਿਖਣਾ ਸੀ ਇਹਨਾਂ ਨੇ ਜਿਵੇਂ ਉਲਟਾ ਲਿਖਦੇ ਹਾਂ ਕਿਉਂਕਿ ਗੁਰਮੁਖੀ ਦਾ ਇਹਨਾਂ ਨੂੰ ਗਿਆਨ ਨਹੀਂ ਜਿੱਦਾਂ ਆਪਾਂ ਨੂੰ ਸ਼ਾਹਮੁਖੀ ਦਾ ਨਹੀਂ ਆ ਅਤੇ ਉਸੇ ਤਰ੍ਹਾਂ ਫਿਰ ਭੁਲੇਖਾ ਲੱਗ ਜਾਂਦਾ ਥੋੜ੍ਹਾ ਬਹੁਤਾ ਲੈਂਦੇ ਪੰਜਾਬ 'ਚ ਵੀ ਇੱਦਾਂ ਟਰੈਕਟਰ ਟਰਾਲੀਆਂ ਨਾਲ ਤੂੜੀ ਬਣਦੀਆਂ ਜਿਹੜਾ ਆਹ ਵਾਲਾ ਰੀਪਰ ਹੁੰਦਾ ਮੈਸੀ ਟਰੈਕਟਰ ਆ ਇਹ ਵੀ ਤੂੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਕਿਉਂਕਿ ਵਾਢੀ ਪੈ ਗਈ ਹੈ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਦਿਖਣ ਲੱਗ ਪਈ ਹੈ ਅਤੇ ਇੱਧਰਲੇ ਪਾਸੇ ਗੇਟ ਹੈ ਚੱਲਦੇ ਹਾਂ ਜੀ ਇੱਧਰੋਂ ਚਲੋ ਜੀ ਅੰਦਰ ਚੱਲੀਏ ਅਤੇ ਆਪਾਂ ਵੀ ਉਸ ਸਥਾਨ ਦੇ ਦਰਸ਼ਨ ਕਰੀਏ ਜਿੱਥੇ ਗੁਰੂ ਨਾਨਕ ਸਾਹਿਬ ਨੇ ਸੱਚਾ ਸੌਦਾ ਕੀਤਾ ਸੀ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦੇ ਹੀ ਬਹੁਤ ਸੋਹਣਾ ਕੁਦਰਤੀ ਮਾਹੌਲ ਹੈ ਫੁੱਲ ਬੂਟੇ ਲੱਗੇ ਹੋਏ ਆ ਅਤੇ ਇੱਧਰ ਬੋਰਡ ਲੱਗਾ ਗੁਰਦੁਆਰਾ ਸੱਚਾ ਸੌਦਾ ਚੂੜਕਾਣਾ ਸਾਹਿਬ ਮੌਜੂਦਾ ਫਾਰੂਕਾਬਾਦ ਨਾਮ ਹੈ ਜੀ ਅਤੇ ਆਪਾਂ ਅੰਦਰ ਆਪਾਂ ਬੋਲਣ 'ਚ ਵੈਸੇ ਫਾਰੂਕਾਬਾਦ ਕਹਿ ਦਿੰਦੇ ਹਾਂ ਪਰ ਉਹ ਫਾਰੂਕਾਬਾਦ ਹੈ ਅਤੇ ਬੜੀ ਸੋਹਣੀ ਸਾਂਭ ਸੰਭਾਲ ਹੈ ਸਾਰੇ ਮਾਲੀ ਚੰਗੇ ਹੋਣੇ ਇੱਥੇ ਰੱਖੇ ਪਏ ਕਾਫੀ ਮਤਲਬ ਵੀ ਜਿਹੜੇ ਗੁਲਾਬ ਵੀ ਕਿੰਨਾ ਲੱਗਾ ਦੇਖੋ ਆ ਗੁਲਾਬ ਵੀ ਗੁਲਾਬ ਕੀਤਾ ਪਿਆ ਉਹ ਵੀ ਕਿੰਨੇ ਸੋਹਣੇ ਲੱਗਦੇ ਪਏ ਨਾ ਸਾਰੇ ਹਾਂਜੀ ਹਾਂਜੀ ਇਹ ਅੰਜੀਰ ਹੀ ਆ ਸਾਰੇ ਹਾਂ ਤੁਹਾਨੂੰ ਜ਼ਿਆਦਾ ਪਛਾਣ ਹੈ ਕਿਉਂਕਿ ਘਰੇ ਲੱਗੇ ਪਏ ਹਨ ਹਾਂ ਏਡੇ ਏਡੇ ਲੱਗੇ ਪਏ ਬਿਲਕੁਲ ਬਿਲਕੁਲ ਇੱਧਰ ਵੀ ਗੁਲਾਬ ਹੀ ਹੈ ਬਹੁਤ ਸੋਹਣੇ ਫੁੱਲ ਬੂਟੇ ਆ ਕਾਫੀ ਹੁਣ ਤਾਂ ਚਲੋ ਇੱਥੇ ਸਾਰੀਆਂ ਹੋਈਆਂ ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਇੱਥੇ ਸੱਚਾ ਸੌਦਾ ਕੀਤਾ ਸੀ ਤੇ ਆ ਇੱਦਾਂ ਹੀ ਉਹਦੇ ਬੀਆਬਾਨ ਪਿਆ ਹੋਣਾ ਨਾ ਸਾਰਾ ਕੁਝ ਤੇ ਪਰ ਹੁਣ ਵੀ ਵੈਸੇ ਕੁਦਰਤੀ ਮਾਹੌਲ ਆ ਬਹੁਤ ਸੋਹਣਾ ਬਣਾ ਕੇ ਰੱਖਿਆ ਪਿਆ ਇੱਧਰੋਂ ਜਿੰਨਾ ਵੀ ਹੈਗਾ ਆਲਾ ਦੁਆਲਾ ਵੇਖ ਕਾਫੀ ਵੱਡੇ ਏਰੀਆ ਦੇ ਵਿੱਚ ਗੁਰੂ ਘਰ ਦੀ ਇਮਾਰਤ ਹੈ ਕਾਫੀ ਦੂਰ ਤੱਕ ਹੈ ਉਹ ਦੇਖੋ ਉਧਰ ਵੀ ਉਹ ਉੱਥੋਂ ਤੱਕ ਆ ਉਹ ਫਿਰ ਇੱਧਰ ਸਫੈਦੇ ਲੱਗੇ ਆ ਜਾਂਦੇ ਆ ਸੱਚਾ ਸੌਦਾ ਅੱਛਾ ਇੱਧਰ ਲੰਗਰ ਅੱਛਾ ਉਧਰਲੇ ਪਾਸੇ ਲੰਗਰ ਇੱਧਰ ਸਰੋਵਰ ਹੈ ਤੇ ਇੱਧਰ ਦਰਬਾਰ ਸਾਹਿਬ ਦੀ ਇੱਧਰ ਹੀ ਇਮਾਰਤ ਹੈ ਉਹ ਸਾਹਮਣੇ ਲਿਖਿਆ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਵੈਲਕਮ ਉੱਥੇ ਪੰਜਾਬੀ ਸਹੀ ਲਿਖੀ ਪਈ ਹੈ ਉੱਥੇ ਕਿਸੇ ਨੇ ਉਲਟਾ ਲਿਖਤਾ ਹੋਣਾ ਨਾ ਹਾਂ ਜਿਵੇਂ ਕਿਉਂਕਿ ਉਹੀ ਭਾਸ਼ਾ ਦਾ ਮਸਲਾ ਹੋ ਜਾਂਦਾ ਇੱਥੇ ਸ਼ਾਹਮੁਖੀ ਹੈ ਆਪਣੇ ਗੁਰਮੁਖੀ ਹੈ ਬਾਕੀ ਸਾਰੇ ਥਾਂ ਪੰਜਾਬੀ ਵਧੀਆ ਲਿਖੀ ਹੈ ਇਮਾਰਤ ਵੀ ਬਹੁਤ ਸੋਹਣੀ ਹੈ ਸਫੈਦ ਰੰਗ ਦੇ ਨਾਲ ਨਾਲ ਪੀਲਾ ਰੰਗ ਹੈ ਵਿੱਚ ਇੱਥੇ ਦੇ ਗੁਰਦੁਆਰਿਆਂ ਦੀ ਬਣਤਰ ਆਪਣੇ ਪੰਜਾਬ ਵਾਲਿਆਂ ਨਾਲੋਂ ਵੱਖਰੀ ਹੈ ਹਾਂ ਕਿਉਂਕਿ ਬਹੁਤ ਪਹਿਲਾਂ ਦੇ ਬਣੇ ਪਏ ਹੈ ਨਾ ਅਤੇ ਬਹੁਤ ਆਰਟ ਵੀ ਬਹੁਤ ਕਮਾਲ ਦਾ ਚਲੋ ਜੀ ਨਤਮਸਤਕ ਹੋਈਏ ਉਸ ਥਾਂ 'ਤੇ ਜਿੱਥੋਂ ਲੰਗਰਾਂ ਦੀ ਸ਼ੁਰੂਆਤ ਹੋਈ ਵੀਹਾਂ ਦਾ ਲੰਗਰ ਜਿਹੜਾ ਹਾਲੇ ਤੱਕ ਵੀ ਚੱਲਦਾ ਅਟੁੱਟ ਵਰਤਦਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੱਚ ਸਾਉ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਿਆ ਵਾਹਿਗੁਰੂ ਧੰਨ ਗੁਰੂ ਨਾਨਕ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੋ ਜੀ ਚੜ੍ਹਦੀ ਕਲਾਈ ਚਾਹੀਦੀ ਹੈ ਜੀ ਸਾਹਮਣੇ ਦਰਬਾਰ ਸਾਹਿਬ ਇਮਾਰਤ ਇੱਧਰਲੇ ਪਾਸੇ ਨਿਸ਼ਾਨ ਸਾਹਿਬ ਹੈ ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਸੱਚੇ ਬਾਦਸ਼ਾਹ ਇਹ ਸਾਰੀਆਂ ਸੇਵਾਵਾਂ ਜਦੋਂ ਜਦੋਂ ਹੋਈਆਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਗ੍ਰੰਥੀ ਸਿੰਘ ਸ਼ਾਮ ਸਿੰਘ ਜੀ ਆਪਣੇ ਨਾਲ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਕਿੰਨੇ ਚਿਰ ਤੋਂ ਇੱਥੇ ਡਿਊਟੀ ਨਿਭਾ ਰਹੇ ਹੋ ਜੀ ਇੱਥੇ ਜੀ ਗੁਰੂ ਸਾਹਿਬ ਦੀ ਬਖਸ਼ ਮਿਹਰ ਸਦਕਾ 3 ਸਾਲਾਂ ਤੋਂ ਜੀ ਆਪਾਂ ਸੇਵਾ ਕਰ ਰਹੇ ਹਾਂ ਇੱਥੇ ਜੀ
ਤੇ ਤੁਸੀਂ ਇੱਥੋਂ ਪਾਕਿਸਤਾਨ ਚੋਂ ਕਿੱਥੋਂ ਦੇ ਰਹਿਣ ਵਾਲੇ ਹੋ? ਪਾਕਿਸਤਾਨ ਦੇ ਅਸੀਂ ਨਨਕਾਣਾ ਸਾਹਿਬ ਦੇ ਜੱਗਾ ਦੇ ਰਹਿਸ਼ੀ ਹਾਂ, ਉੱਥੇ ਪਰਿਵਾਰ ਫੈਮਿਲੀ ਉੱਥੇ ਰਹਿ ਰਹੀ ਹੈ। ਠੀਕ ਆ ਜੀ, ਮਤਲਬ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਗਏ ਨਹੀਂ ਤੁਸੀਂ ਨਾ? ਸਹੀ ਆ ਜੀ। ਤੇ ਦੋ ਜੀ ਇੱਧਰ ਪਾਸੇ ਥੋੜੀ ਜਿਹੀ ਜਾਣਕਾਰੀ ਇਤਿਹਾਸ ਬਾਰੇ। ਉਸ ਰੁੱਖ ਦੇ ਦਰਸ਼ਨ ਹੋ ਰਹੇ ਨੇ ਜਿੱਥੇ ਅੱਜ ਪੂਰੇ ਸਿੱਖ ਪੰਥ ਨੂੰ ਇਤਿਹਾਸ ਦਾ ਤਾਂ ਪਤਾ ਹੀ ਹੈ, ਇਹ ਉਹ ਰੁੱਖ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆਂ ਦਾ ਲੰਗਰ ਚਲਾਇਆ ਸੀ। ਅੱਜ ਜਿਹੜਾ ਪੂਰੇ ਦੁਨੀਆ ਦੇ ਵਿੱਚ ਦੇਖੋ, ਉਸੇ 20 ਰੁਪਈਆਂ ਦਾ ਲੰਗਰ ਹੀ ਚੱਲ ਰਿਹਾ। ਗੁਰੂ ਸਾਹਿਬ ਦੀ ਮਿਹਰ ਸਦਕਾ 20 ਰੁਪਈਆਂ ਦੀ ਦੇਖੋ ਬਰਕਤ ਕਿੱਥੇ ਤੱਕ ਪਹੁੰਚ ਗਈ ਹੈ। ਜਿੱਥੇ ਹੀ ਲੋੜ ਹੁੰਦੀ ਹੈ ਉੱਥੇ ਸਿੱਖ ਪੰਥ ਪਹੁੰਚ ਜਾਂਦਾ ਕਿ ਅਸੀਂ ਜਾਈਏ, ਇੱਥੇ ਲੰਗਰ ਦੀ ਲੋੜ ਹੈ, ਇੱਥੇ ਲੋੜਵੰਦਾਂ ਨੂੰ ਅਸੀਂ ਜਾ ਕੇ ਸੇਵਾ ਕਰੀਏ। ਗੁਰੂ ਸਾਹਿਬ ਦੀ ਬਖਸ਼ਿਸ਼, ਉਹ 20 ਰੁਪਏ ਪਏ ਨੇ ਗੁਰੂ ਸਾਹਿਬ ਦੇ, ਉਹ 20 ਰੁਪਈਆਂ ਦਾ ਵਿਆਜ ਦੇਖੋ ਅੱਜ ਚੱਲ ਰਿਹਾ। ਇਹ ਸ਼ੁਰੂਆਤ ਹੈ ਬਿਲਕੁਲ, ਇਹ ਉਹੀ ਰੁੱਖ ਹੈ ਜਿੱਥੇ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਬਿਲਕੁਲ ਜੀ, ਤੇ ਅਸੀਂ ਬੜੇ ਵੱਡ ਭਾਗੇ ਆ ਬਿਲਕੁਲ, ਰੁੱਖ ਦੇ ਦਰਸ਼ਨ ਕਰ ਰਹੇ ਹਾਂ ਜਿਸ ਹੇਠਾਂ ਬੈਠ ਕੇ ਗੁਰੂ ਸਾਹਿਬ ਨੇ ਸੱਚਾ ਸੌਦਾ ਕੀਤਾ ਸੀ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਸਾਰੀ ਸਿੱਖ ਪੰਥ ਨੂੰ ਖੁੱਲ੍ਹੇ ਦਰਸ਼ਨ ਹੀ ਬਖਸ਼ਣ, ਇਸੇ ਤਰ੍ਹਾਂ ਹੀ ਆਪਣਾ ਖੁਸ਼ ਆਪਣਾ ਹੱਸਦੇ ਖੇਡਦੇ ਆਉਣ, ਗੁਰੂ ਘਰਾਂ ਦੇ ਦਰਸ਼ਨ ਕਰਦੇ ਜਾਉਣ, ਇਸੇ ਤਰ੍ਹਾਂ ਹੀ ਗੁਰੂ ਸਾਹਿਬ ਮਿਹਰ ਕਰੇ ਸਾਰੇ ਸਿੱਖ ਪੰਥ ਦੇ ਜਿੱਥੇ ਬਾਹਰ ਦੇ ਦੇਸ਼ਾਂ 'ਚ ਬੈਠੇ ਨੇ, ਉਹਨੂੰ ਉਹ ਵੀ ਅਰਦਾਸਾਂ ਲਾ ਕੇ ਬੈਠਣ ਕਿ ਅਸੀਂ ਜਾਈਏ ਉਸ ਅਸਥਾਨ ਦੇ ਦਰਸ਼ਨ ਕਰੇ ਜਿੱਥੇ ਬਾਬੇ ਨਾਨਕ ਨੇ ਲੰਗਰ ਚਲਾਇਆ ਸੀ, ਅਸੀਂ ਜਾ ਕੇ ਉਸ ਅਸਥਾਨ ਦੇ ਲੰਗਰ ਪ੍ਰਸ਼ਾਦਾ ਚੱਖੀਏ, ਅਸੀਂ ਜਾਈਏ ਉਸ ਗੁਰੂ ਘਰ ਦੇ ਦਰਸ਼ਨ ਕਰੀਏ। ਗੁਰੂ ਸਾਹਿਬ ਦੀ ਮਿਹਰ ਸਦਕਾ ਹਰ ਰੋਜ਼ ਇਹੀ ਅਰਦਾਸ ਹੁੰਦੀ ਹੈ ਆਪਾਂ ਸਰਬਤ ਦੇ ਪਲੇ ਦੀ, ਕਿ ਸਰਬਤ ਆਵੇ ਇੱਥੇ ਗੁਰੂ ਘਰਾਂ ਦੇ ਦਰਸ਼ਨ ਕਰਨ। ਗੁਰੂ ਸਾਹਿਬ ਦੀ ਮਿਹਰ ਸਦਕਾ ਦੇਖੋ ਅੱਜ ਕੱਲ੍ਹ ਸਾਡੇ ਆਪਣਾ ਵਿਸਾਖੀ 'ਚ ਕਿੰਨੀਆਂ ਸੰਗਤਾਂ ਨੇ, ਗੁਰੂ ਸਾਹਿਬ ਦੀ ਮਿਹਰ ਹੋਈ ਹੈ, ਬਾਹਰ ਦੇ ਦੇਸ਼ਾਂ 'ਚ ਆਏ ਨੇ। ਕੱਲ੍ਹ ਇੱਥੇ ਸਾਹਿਬ ਬਹੁਤ ਵੱਡਾ ਸਮਾਗਮ ਸੀ, ਸਾਰੀ ਸੰਗਤ ਇੱਥੇ ਆਈ ਸੀ, ਅੱਜ ਪੰਜਾਂ ਸਾਹਿਬ ਗਈ। ਭਾਈ ਸਾਹਿਬ ਇਮਾਰਤ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਜ਼ਰੂਰ ਦਿਓ ਜੀ। ਗੁਰੂ ਘਰ ਜੀ ਸਾਰੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰੂ ਘਰ ਬਣੇ ਨੇ ਸਾਰੇ ਪੁਰਾਤਨ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਬਣੇ ਨੇ, ਸਿੱਖ ਰਾਜ ਦੇ ਬਿਲਕੁਲ ਸਿੱਖ ਰਾਜ ਦੇ ਦੌਰ ਬਣੇ ਨੇ, ਸਾਰੇ ਉਹੀ ਪੁਰਾਤਨੀ ਬਿਲਡਿੰਗਾਂ ਨੇ, ਕਿਸੇ ਚੀਜ਼ ਨੂੰ ਨਹੀਂ ਛੇੜਿਆ, ਸਾਰੀ ਇਤਿਹਾਸਿਕ ਬਿਲਡਿੰਗ ਹੈ, ਸਿਰਫ ਇਹਨੂੰ ਰੰਗ ਪੇਂਟ ਕੀਤਾ, ਇਸ ਲਈ ਆਪਣਾ ਥੋੜ੍ਹੇ ਨਿਊ ਨਜ਼ਰ ਹੈ, ਬਿਲਡਿੰਗ ਉਹੀ ਪੁਰਾਤਨ ਹੀ ਹੈ। ਹਾਂਜੀ ਠੀਕ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜਦੋਂ 550 ਸਾਲਾਂ ਮਨਾਇਆ ਸੀਗਾ ਯਾਦਗਿਰੀ, ਆਪਾਂ ਜਿਹੜਾ ਮਨਾਏ ਸੀ 550 ਸਾਲ ਜੀ ਗੁਰੂ ਦੇ ਨਾਲ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਉਹੀ ਉਸੇ ਟਾਈਮ ਦੀ ਲਿਖਾਈ ਸੀ ਜੀ, 3 ਸਾਲ ਪੁਰਾਣੀ ਲਿਖਾ ਜਾਂਦੇ। ਚਲੋ ਆਪਾਂ ਵੀ ਬਾਬੇ ਨਾਨਕ ਦਾ ਲੰਗਰ ਛਕਦੇ ਹਾਂ ਜੀ, ਜਿਹੜਾ ਇੱਥੋਂ ਸ਼ੁਰੂ ਹੋਇਆ ਸੀਗਾ ਜੀ। ਆ ਜਾਓ ਚੱਲਦੇ ਹਾਂ ਆਪਾਂ ਲੰਗਰ ਹਾਲ, ਸ਼ੁਰੂ ਹੋਇਆ ਸੀ ਸੰਤਾਂ ਨੂੰ ਇੱਥੇ ਜਿਹੜੀ ਨਹੀਂ ਚੱਕਦੀ ਉਹਨਾਂ ਨੂੰ ਜ਼ਬਰਦਸਤੀ ਚੱਕਾਣੇ ਕਿ ਇੱਥੋਂ ਚੱਕੋ ਲੰਗਰ। ਹਾਂਜੀ ਚੱਲਦੇ ਹਾਂ ਜੀ ਆਪਾਂ ਛਕਦੇ ਹਾਂ ਲੰਗਰ ਜਿੱਥੋਂ ਸ਼ੁਰੂਆਤ ਹੋਈ ਹੈ ਲੰਗਰਾਂ ਦੀ। ਇੱਧਰਲੇ ਪਾਸੇ ਲੰਗਰ ਪ੍ਰਸ਼ਾਦਾ ਵਰਤਦਾ ਜੀ, ਅਤੇ ਆਪਾਂ ਵੀ ਛਕਦੇ ਹਾਂ ਲੰਗਰ। ਸਤਿ ਸ਼੍ਰੀ ਅਕਾਲ ਜੀ। ਕਿੱਡੇ ਵਡਭਾਗੇ ਮਹਿਸੂਸ ਕਰ ਰਹੇ ਹਾਂ ਵੀ ਜਿੱਥੋਂ ਲੰਗਰ ਦੀ ਸ਼ੁਰੂਆਤ ਹੋਈ 20 ਰੁਪਈਆਂ ਦੇ ਨਾਲ ਅਸੀਂ ਉੱਥੇ ਲੰਗਰ ਛਕ ਰਹੇ ਹਾਂ, ਉਸ ਜਗ੍ਹਾ 'ਤੇ ਪਹੁੰਚੇ ਹਾਂ ਅਸੀਂ। ਵਾਹਿਗੁਰੂ ਵਾਹਿਗੁਰੂ। ਜਿਸ ਜਗ੍ਹਾ ਤੋਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀ ਉਸੇ ਜਗ੍ਹਾ 'ਤੇ ਅਸੀਂ ਬਹਿ ਕੇ ਲੰਗਰ ਛਕ ਰਹੇ ਹਾਂ। ਸ਼ਾਬੇ ਛਕ ਲਏ ਜੀ, ਆਪਾਂ ਚੱਲੇ ਹਾਂ ਅਤੇ ਆਹ ਗੇਟ 'ਤੇ ਜਾਂਦਿਆਂ ਜਾਂਦਿਆਂ ਨਿਗਾਹ ਪੈ ਗਈ ਗੁਰਦੁਆਰਾ ਸੱਚਾ ਸੌਦਾ ਸਾਹਿਬ ਜੀ ਦੇ, ਅਤੇ ਆਹ ਦੇਖੋ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ ਇੱਧਰ ਦੇ ਪਾਸੇ ਵੀ, ਬਹੁਤ ਵਧੀਆ ਦਰਵਾਜ਼ੇ ਜੀ। ਠੀਕ ਹੈ ਭਾਈ ਸਾਹਿਬ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਫੇ ਫਰੰਟ 'ਤੇ ਆ ਗਏ ਹਾਂ ਅਤੇ ਜਿੰਨੀਆਂ ਮੋਹਰੇ ਦਿਖ ਰਹੀ ਹੈ ਨਾ, ਇਹ ਜਾਣਕਾਰੀ ਮੁਤਾਬਕ 1925 ਤੋਂ 1939 ਤੱਕ ਇਹ ਸਾਰੀ ਡਿਵੈਲਪਮੈਂਟ ਹੋਈ ਹੈ। ਅਤੇ ਇਸ ਤੋਂ ਪਹਿਲਾਂ ਜਦੋਂ ਆਪਾਂ ਉੱਪਰੋਂ ਦਰਬਾਰ ਸਾਹਿਬ ਵਾਲੀ ਇਮਾਰਤ ਦੇ ਦਰਸ਼ਨ ਕਰਕੇ ਆਏ ਹਾਂ, ਜਿਹੜਾ ਛੋਟਾ ਜਿਹਾ ਜਿੱਥੇ ਪ੍ਰਕਾਸ਼ ਹੈ ਗੁਰੂ ਸਾਹਿਬ ਦਾ ਛੋਟਾ ਜਿਹਾ ਕਮਰਾ ਨਾ, ਉਹ ਮਹਾਰਾਜਾ ਰਣਜੀਤ ਸਿੰਘ ਨੇ 1799 ਤੋਂ ਲੈ ਕੇ 1804 ਦੇ ਵਿੱਚ ਕਹਿੰਦੇ ਉਹਦੀ ਉਸਾਰੀ ਹੋਈ ਹੈ। ਅਤੇ ਆਹ ਜਿਹੜੀ ਬਾਕੀ ਸਾਰੀ ਹੈ ਜਦੋਂ ਗੁਰਦੁਆਰਾ ਸੁਧਾਰ ਐਕਟ ਬਣਦਾ ਉਸ ਤੋਂ ਬਾਅਦ ਦੇ ਵਿੱਚ ਆ ਸਾਰੀ ਜਿਹੜੀ ਹੈ ਸੇਵਾ ਚੱਲਦੀ ਰਹੀ। ਅਤੇ ਇੱਧਰਲੇ ਪਾਸੇ ਪੀਲਾ ਚਿੱਟਾ ਰੰਗ ਆ ਗਿਆ, ਇਸੇ ਤਰ੍ਹਾਂ ਦਾ ਰੰਗ ਪਹਿਲਾਂ ਜਨਮ ਸਥਾਨ ਨਨਕਾਣਾ ਸਾਹਿਬ ਦੀ ਇਮਾਰਤ ਦਾ ਸੀ, ਅਤੇ ਫਿਰ ਹੁਣ ਉਹਦਾ ਵੀ ਸਫੈਦ ਅਤੇ ਇੱਦਾਂ ਪੀਲਾ ਕਰ ਦਿੱਤਾ ਗਿਆ। ਅਤੇ ਆਪਾਂ ਜਿੱਥੋਂ ਉੱਪਰੋਂ ਨਤਮਸਤਕ ਹੋ ਕੇ ਆਏ ਹਾਂ ਉਹ ਸਾਹਮਣੇ ਗੁੰਬਦ ਦਿਖ ਰਿਹਾ, ਉਹ ਵਾਲੀ ਜਗ੍ਹਾ ਆ।
ਤੇ ਮਹਾਰਾਜਾ ਰਣਜੀਤ ਸਿੰਘ ਨੇ ਹੀ ਇਹਨਾਂ ਦੀ ਸ਼ੁਰੂਆਤ ਕਰਾਈ ਸੀਗੀ। ਇੱਕ ਤੁਹਾਡੀ ਜਾਣਕਾਰੀ 'ਚ ਹੋਰ ਵਾਧਾ ਕਰ ਦੇਵਾਂ ਕਿ ਮੁਲਕ ਦੀ ਵੰਡ ਤੋਂ ਬਾਅਦ 1960 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਵੀ ਪ੍ਰਬੰਧ ਨੇ ਉਹ ਸਾਂਭ ਸੰਭਾਲ ਕਰਦੀ ਰਹੀ ਹੈ ਅਤੇ 1960 ਤੋਂ ਬਾਅਦ 'ਚ ਕੁਝ ਗੁਰਦੁਆਰੇ ਬੰਦ ਵੀ ਕਰ ਦਿੱਤੇ ਗਏ ਸੀਗੇ ਅਤੇ ਫਿਰ 1999 ਦੇ ਵਿੱਚ ਜਾ ਕੇ ਪਾਕਿਸਤਾਨ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਨੇ ਫਿਰ ਹੌਲੀ ਹੌਲੀ ਸਾਰੇ ਗੁਰਦੁਆਰਾ ਸਾਹਿਬ ਦਾ ਕੰਮ ਸੰਭਾਲਿਆ। ਨਹੀਂ ਤਾਂ ਇੰਨੇ ਸਾਲ 40 ਸਾਲ ਤਕਰੀਬਨ ਗੁਰਦੁਆਰਾ ਸਾਹਿਬ ਬੰਦ ਰਹੇ ਅਤੇ ਉਹਨਾਂ ਦੇ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਸੱਚਾ ਸੌਦਾ ਸਾਹਿਬ ਵੀ ਆਉਂਦੇ ਨੇ। ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇੱਧਰਲੇ ਪਾਸੇ ਸਰੋਵਰ ਵੀ ਹੈ ਅਤੇ ਵੇਖੋ ਇਹ ਵੀ ਬੜਾ ਸੋਹਣਾ ਸਰੋਵਰ ਬਣਾਇਆ ਹੋਇਆ। ਪੁਰਾਤਨ ਸਰੋਵਰ ਬਹੁਤ ਘੱਟ ਇੱਦਾਂ ਦੇ ਵੇਖਣ ਨੂੰ ਮਿਲਦੇ ਆ, ਨਹੀਂ ਤਾਂ ਆਪਾਂ ਤਕਰੀਬਨ ਸੰਗਮਰਮਰ ਵਾਲੇ ਸਰੋਵਰ ਹੀ ਵੇਖਦੇ ਹਾਂ, ਪਰ ਇਹ ਸਰੋਵਰ ਵੀ ਬਹੁਤ ਸੋਹਣੇ ਆ ਦੇਖ 'ਚ ਆਪਣੀ 'ਚ। ਹੁਣ ਅਸੀਂ ਚੱਲੇ ਹਾਂ ਵਾਪਸ ਗੁਰਦੁਆਰਾ ਸੱਚਾ ਸੌਦਾ ਸਾਹਿਬ ਤੋਂ ਅਤੇ ਮੈਂ ਇਹਨਾਂ ਸਾਰਿਆਂ ਕੋਲੋਂ ਜਿੰਨੇ ਸਾਡਾ ਜਥਾ ਇਹਨਾਂ ਤੋਂ ਪੁੱਛੂੰਗਾ ਕਿਵੇਂ ਦਾ ਲੱਗਾ। ਬਾਈ ਜੀ ਕਿਵੇਂ ਲੱਗਾ ਫਿਰ ਉਸ ਜਗ੍ਹਾ 'ਤੇ ਆਪਾਂ ਆਏ ਜਿੱਥੋਂ ਲੰਗਰ ਦੀ ਸ਼ੁਰੂਆਤ ਹੋਈ ਹੈ? ਭਾਅ ਜੀ ਬੜਾ ਵਧੀਆ ਲੱਗਾ, ਸਾਹਮਣੇ ਉਹ ਪੁਰਾਣਾ ਵਣ ਦਾ ਰੁੱਖ ਵੀ ਆ, ਬਿਲਕੁਲ ਇੱਥੇ ਗੁਰੂ ਸਾਹਿਬ ਨੇ ਭੁੱਖੇ ਸਾਧੂਆਂ ਨੂੰ ਜਿੱਥੇ ਲੰਗਰ ਛਕਾਇਆ ਸੀ ਜਿਹਦੇ ਹੇਠਾਂ ਜੀ, ਅਤੇ ਤਕਰੀਬਨ ਉਸੇ ਜਗ੍ਹਾ 'ਤੇ ਬਹਿ ਕੇ ਆਪਾਂ ਲੰਗਰ ਛਕਿਆ ਜੀ, ਅਤੇ ਬੜਾ ਮਨ ਨੂੰ ਸਕੂਨ ਮਿਲਿਆ, ਬਹੁਤ ਵਧੀਆ ਲੱਗਾ ਜੀ ਬਿਲਕੁਲ। ਅਤੇ ਪਰ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਥੋੜ੍ਹੀ ਘੱਟ ਆ ਕਿਉਂਕਿ ਕਮਿਊਨਿਟੀ ਆਪਣੀ ਘੱਟ ਆ ਸਿੱਖ ਬਰਾਦਰੀ, ਬਿਲਕੁਲ ਬਿਲਕੁਲ, ਅਤੇ ਫਿਰ ਵੀ ਜਿਹੜੇ ਥੋੜ੍ਹੇ ਨੇ ਉਹ ਵੀ ਵਧਾਈ ਦੇ ਪਾਤਰ ਆ ਅਤੇ ਬੜੀ ਉਹਨਾਂ ਦੀ ਮੈਂ ਸ਼ਲਾਘਾ ਕਰਦਾ ਵੀ ਉਹਨਾਂ ਨੇ ਵਿਰਸਾ ਸਾਂਭ ਕੇ ਰੱਖਿਆ ਹੋਇਆ, ਗੁਰਦੁਆਰਿਆਂ ਦੀ ਚੰਗੀ ਸੋਹਣੀ ਸੇਵਾ ਸੰਭਾਲ ਕੀਤੀ ਹੈ ਬਿਲਕੁਲ, ਅਤੇ ਪਾਕਿਸਤਾਨ ਗੌਰਮੈਂਟ ਦੇ ਵੀ ਧੰਨਵਾਦੀ ਹਾਂ ਵੀ ਉਹ ਪੂਰਾ ਸਹਿਯੋਗ ਦਿੰਦੇ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੀ। ਬਿਲਕੁਲ। ਮਾਤਾ ਜੀ ਕਿੱਦਾਂ ਤੁਸੀਂ ਕਹਿਣਾ? ਬਹੁਤ ਵਧੀਆ ਲੱਗਾ, ਜ਼ਿੰਦਗੀ 'ਚ ਅਸੀਂ ਸਮਾਂ ਮਿਲਿਆ ਸਾਨੂੰ ਇੱਥੇ ਆਉਣ ਦਾ, ਨਹੀਂ ਤਾਂ ਆਪਾਂ ਤਾਂ ਸੁਣਦੇ ਸੀ ਵੀ ਬਾਬੇ ਨੇ ਨਾਲ ਸੁਣਦੇ ਹੀ ਸੀਗੇ, ਉੱਥੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਉੱਥੋਂ ਇਹ ਪ੍ਰਥਾ ਚੱਲੀ ਆ, ਅੱਜ ਅਸੀਂ ਆਪਣੀ ਅੱਖੀਂ ਵੇਖ ਲਿਆ। ਸਹੀ ਗੱਲ ਹੈ। ਹਾਂਜੀ ਹਾਂਜੀ ਮੈਡਮ ਤੁਹਾਡਾ ਕੀ ਕਹਿਣਾ? ਬਹੁਤ ਵਧੀਆ, ਕਿਉਂਕਿ ਅਰਦਾਸਾਂ ਕਬੂਲ ਹੋਈਆਂ ਤਾਂ ਹੀ ਆਪਾਂ ਇੱਧਰ ਆਏ ਹਾਂ ਅਤੇ ਜਿੱਥੇ ਅੱਜ ਦੁਨੀਆ ਦੇ ਕੋਨੇ ਕੋਨੇ ਵਿੱਚ ਲੰਗਰ ਵਰਤਦਾ ਆ ਉਹ ਇੱਥੋਂ ਹੀ ਸ਼ੁਰੂਆਤ ਹੋਈ ਸੀਗੀ ਅਤੇ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਦਰਸ਼ਨ ਕਰਕੇ ਅਤੇ ਇਹੀ ਅਰਦਾਸ ਹੈ ਕਿ ਹਰ ਸਿੱਖ ਦੀ ਜਿਹੜੀ ਅਰਦਾਸ ਨਿੱਤ ਹੁੰਦੀ ਆ ਉਹ ਕਬੂਲ ਹੋਵੇ ਅਤੇ ਉਹ ਇੱਥੇ ਆ ਕੇ ਮੱਥਾ ਟੇਕੇ ਅਤੇ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਵੱਲ ਵੱਧਦੇ ਹਾਂ, ਨਨਕਾਣਾ ਸਾਹਿਬ ਆਪਾਂ ਜਾਣਾ ਆ ਅਤੇ ਆਪਾਂ ਗੱਡੀ 'ਚ ਬੈਠ ਕੇ ਅੱਗੇ ਚੱਲਾਂਗੇ, ਉੱਥੇ ਵੀ ਦਰਸ਼ਨ ਦਿਦਾਰੇ ਕਰਾਂਗੇ ਅਤੇ ਇਸ ਵੀਡੀਓ ਨੂੰ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ। ਵੇਖਦੇ ਰਹੋ ਸਾਡਾ ਚੈਨਲ ਵੋਕ ਵਿਦ ਟੁਰਨਾ।